केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਜਲੰਧਰ ਦੀ ਜੈਨ ਕਲੋਨੀ ਵਿੱਚ ਐਡਵੋਕੇਟ ਅਰਪਣ ਜੈਨ ਦੇ ਪਿਤਾ ਧਰਮਵੀਰ ਜੈਨ ਨੂੰ ਬੇਹੋਸ਼ ਕਰਕੇ ਚੋਰੀ ਕਰਨ ਵਾਲੇ ਦੋ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀਆਂ ਦੇ ਕੋਲੋਂ DVR, ਆਰਟੀਫਿਸ਼ੀਅਲ ਜਵੈਲਰੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ ਹੈ। ਮੁੱਖ ਦੋਸ਼ੀ ਕ੍ਰਿਸ਼ਨਾ ਨੇਪਾਲ ਪਾ ਚੁੱਕਾ ਹੈ। ਘਰ ਵਾਲਿਆਂ ਨੇ 10 ਦਿਨ ਪਹਿਲਾਂ ਹੀ ਕ੍ਰਿਸ਼ਨਾ ਨੂੰ ਨੌਕਰ ਰੱਖਿਆ ਸੀ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਸਰ ਕੀ ਮਾਮਲਾ ਕਿਹੜਾ? ਮਾਮਲਾ ਇਹ ਵੀ 8 ਤਰੀਕ ਨੂੰ ਅਰਪਣ ਨੂੰ ਜੈਨ ਮੰਦਰ ਜੈਨ ਵਾਸੀ ਜੈਨ ਅਤੇ ਰਹਿਣ ਵਾਲਾ ਸੀ ਉੱਥੇ ਉਹਨੇ ਨੇਪਾਲੀ ਨੰਬਰ ਰੱਖਿਆ ਸੀ। ਕੋਈ ਉਹਨੇ ਆਖਿਆ ਮੈਂ ਚਾਰ ਜਾਣਾ ਛੁੱਟੀ ਜਾਣਾ ਤਾਂ ਤੈਨੂੰ ਅਸੀਂ ਬੰਦਾ ਹੋਰ ਕੋਈ ਦੇ ਦਿੰਦੇ ਹਾਂ। ਉਹਨੇ ਆਪਣੇ ਜਿਹੜੇ ਰਿਸ਼ਤੇਦਾਰੀ ਸੀ ਉਹ ਬੰਦਾ ਉੱਥੇ ਦਿਖਾ ਦਿੱਤਾ। ਦਿਖਾਉਣ ਤੋਂ ਬਾਅਦ ਜਦੋਂ ਉਹਨੂੰ ਮੌਕਾ ਲੱਗਾ 8 ਤਰੀਕ ਨੂੰ ਅਤੇ ਘਰ ਵਿੱਚ ਇਕੱਲਾ ਜਿਹਾ ਬਜ਼ੁਰਗ ਅਤੇ ਇਹਨੂੰ ਉਹਨੇ ਪਾ ਕੇ ਨਸ਼ੇ ਵਾਲੀ ਚੀਜ਼ ਕੋਈ ਵੀ ਉਹ ਮਾਲ ਸੀ ਘਰ ਦਾ ਵਿੱਚ 5 ਲੱਖ ਰੁਪਈਆ ਕੁਛ ਹੋਰ ਵਗੈਰਾ ਲੈ ਕੇ ਗੁਰ ਹੋ ਗਿਆ। ਜਦੋਂ ਘਰ ਵਾਲੇ ਆਏ ਉਹਨਾਂ ਨੇ ਆਣ ਕੇ ਪਤਾ ਲੱਗਾ ਤਾਂ ਵੀ ਉਹਨੂੰ ਕੋਈ ਹੋਸ਼ ਆ ਅਤੇ ਉਹਨਾਂ ਨੇ ਘਰ ਦਾ ਸਮਾਨ ਮਿਲਿਆ ਵੇਖਿਆ ਤਾਂ ਸਾਰਾ ਕੁਛ ਲੈ ਕੇ ਜਾ ਚੁੱਕਾ ਸੀ। ਸਰ ਕੀ ਨਾਮ ਹੈ ਦੋਨਾਂ ਦਾ? ਬੈਕਗਰਾਊਂਡ ਕੀ ਇਹਨਾਂ ਦੋਨਾਂ ਦੀ? ਬੈਕਗਰਾਊਂਡ ਇਹ ਨੌਕਰ ਹੀ ਇੱਥੇ ਲੱਗੇ ਕੋਲ ਰਹਿੰਦੇ ਕਿਰਾਏ 'ਤੇ ਹਰਵਿੰਦਰ ਮਾਲਾ ਕੁੜੀ ਬਾਬੂ ਲਾਭ ਸਿੰਘ ਨੇ ਉੱਥੇ ਕਿਰਾਏ 'ਤੇ ਰਹਿੰਦੇ ਵਿੱਚ ਦਾ ਕੰਮ ਕਰਦੇ ਸੀਗੇ ਅਤੇ ਇਹਨਾਂ ਦੇ ਕੋਲ ਜਿਹੜਾ ਸੀਗਾ ਮੁੰਡਾ ਪਹਿਲਾਂ ਇਹਨੇ ਚੋਰੀ ਕੀਤੀ ਆ ਉਹ ਉੱਥੇ ਇਹਨਾਂ ਦੇ ਕੋਲ ਰਹਿੰਦਾ ਸੀਗਾ। ਇਹਦੇ ਨਾਲ ਇਕੱਠੇ ਬੈਠੇ ਉੱਠੇ ਅਤੇ ਇਹ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ। ਇਹਦੀ ਖਾਸ ਡਿਟੇਲ ਤੋਂ ਪਤਾ ਲੱਗਾ ਵੀ ਇਹ ਉਹਦੇ ਨਾਲ ਸਾਰੇ ਟੈਚੀ ਨੇ। ਸਰ ਪਹਿਲੇ ਵੀ ਕੋਈ ਮਾਮਲਾ ਦੱਸ ਦਿੰਦਾ ਉਹਦੇ? देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल KPD न्यूज, हक सच और इंसाफ की आवाज़ आपको रखे सबसे आगे।